50 ਲੱਖ ਦੀ ਫਿਰੌਤੀ ਨਾ ਦੇਣ ਤੇ ਮਾਰੀਆਂ ਦੁਕਾਨ 'ਚ ਗੋਲੀਆਂ। ਵੇਖੋ ਕਿਵੇਂ ਗੋਲੀਆਂ ਨਾਲ ਛੰਨੀ ਕੀਤੀ ਸੁਨਿਆਰ ਦੀ ਦੁਕਾਨ। ਤਾਂ ਦੱਸ ਦੇ ਕਿ ਇੱਕ ਸੁਨਿਆਰ ਨੂੰ 50 ਲੱਖ ਦੀ ਫਿਰੌਤੀ ਦੇ ਲਈ ਫੋਨ 'ਤੇ ਕਾਲ ਆਉਂਦੀ ਹੈ, ਜਿਸ ਤੋਂ ਬਾਅਦ ਇਹ ਸੁਨਿਆਰ ਉਹਨਾਂ ਨੂੰ ਇਹ ਫਿਰੌਤੀ ਦੇਣ ਤੋਂ ਮਨ੍ਹਾ ਕਰ ਦਿੰਦਾ। ਤਾਂ ਫਿਰ ਦੋ ਬਾਈਕ ਸਵਾਰ ਆਉਂਦੇ ਨੇ ਅਤੇ ਉਹਨਾਂ ਦੀ ਦੁਕਾਨ 'ਤੇ ਤਾੜ ਤਾੜ ਗੋਲੀਆਂ ਚਲਾਉਂਦੇ ਨੇ ਅਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਇਹ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿੱਥੇ ਤੁਸੀਂ ਗੋਲੀਆਂ ਦੇ ਨਿਸ਼ਾਨ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਤਾਂ ਸ਼ਟਰ 'ਤੇ ਗੋਲੀਆਂ ਵੱਜੀਆਂ ਸੀ, ਜਿਸ ਕਾਰਨ ਇਹ ਅੰਦਰ ਸ਼ੀਸ਼ੇ 'ਤੇ ਜਾ ਵੱਜਦੀਆਂ ਨੇ, ਜਿਸ ਕਾਰਨ ਸ਼ੀਸ਼ਾ ਵੀ ਚੱਕਣਾ ਚੂਰ ਹੋ ਜਾਂਦਾ। ਤਾਂ ਇਸ ਸੰਬੰਧੀ ਇੱਕ CCTV ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਦੋਨੋਂ ਹਮਲਾਵਰ ਗੋਲੀਆਂ ਚਲਾਉਂਦੇ ਹੋਏ ਕੈਦ ਹੋਏ ਨੇ। ਤਾਂ ਇਹਨਾਂ ਦੇ ਵੱਲੋਂ 50 ਲੱਖ ਦੀ ਫਿਰੌਤੀ ਮੰਗੀ ਗਈ ਸੀ। ਤਾਂ ਨਾਮੀ ਗੈਂਗਸਟਰ ਦਾ ਨਾਮ ਵੀ ਲਿਆ ਗਿਆ ਕਿ ਅਸੀਂ ਉਹਨਾਂ ਦੇ ਕਰੀਬੀ ਹਾਂ, ਜੇਕਰ ਨਹੀਂ ਦਿੱਤੀ ਤਾਂ ਜਾਨੋਂ ਮਾਰ ਦੇਵਾਂਗੇ। ਅਤੇ ਜਿਸ ਤੋਂ ਬਾਅਦ ਸੁਨਿਆਰ ਨੇ ਇਹਨਾਂ ਨੂੰ ਫਿਰੌਤੀ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ। ਤਾਂ ਇਹ ਰਾਤ ਸਮੇਂ ਆਉਂਦੇ ਨੇ ਅਤੇ ਇਹਨਾਂ ਦੀ ਦੁਕਾਨ 'ਤੇ ਗੋਲੀਆਂ ਚਲਾਉਂਦੇ ਨੇ ਅਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਜਿਸ ਤੋਂ ਬਾਅਦ ਸੁਨਿਆਰ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੰਦਾ ਅਤੇ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਜਾਂਚ ਕਰ ਰਹੀ ਹੈ। ਤਾਂ ਦੱਸਦੇ ਕਿ ਪੂਰਾ ਮਾਮਲਾ ਤਰਨ ਤਾਰਨ ਤੋਂ ਸਾਹਮਣੇ ਆਇਆ, ਜਿੱਥੇ ਇਹ ਗੋਲੀਆਂ ਚੱਲਣ ਦੀ ਵਾਰਦਾਤ ਹੋਈ ਹੈ। ਤਾਂ ਲਗਾਤਾਰ ਲੁੱਟਾਂ ਖੋਹਾਂ ਵੱਧਦੀਆਂ ਜਾ ਰਹੀਆਂ ਨੇ। ਤਾਂ ਇਸ ਸੰਬੰਧੀ ਇੱਕ ਸੁਨਿਆਰ ਤੋਂ ਫਿਰੌਤੀ ਮੰਗੀ ਗਈ ਸੀ, ਜਿਸ ਤੋਂ ਬਾਅਦ ਉਹਨੇ ਮਨ੍ਹਾ ਕਰਤਾ। ਤਾਂ ਫਿਰ ਉਸਦੀ ਦੁਕਾਨ 'ਤੇ ਆ ਕੇ ਇਹਨਾਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਸ ਦੀ ਇੱਕ CCTV ਵੀਡੀਓ ਵੀ ਸਾਹਮਣੇ ਆਈ ਹੈ। ਤਾਂ ਪੁਲਿਸ ਹੁਣ ਇਸ CCTV ਦੇ ਆਧਾਰ 'ਤੇ ਇਹਨਾਂ ਹਮਲਾਵਰਾਂ ਦੀ ਭਾਲ ਕਰ ਰਹੀ ਹੈ। ਕੱਲ੍ਹ ਤੁਹਾਨੂੰ ਫੋਨ ਆਇਆ ਸੀ 1:30 ਵਜੇ ਨਾਲ, ਅਤੇ ਮੁੜ ਕੇ ਅਸੀਂ ਇੱਥੇ ਦਰਖਾਸਤ ਲਗਾ ਦਿੱਤੀ ਹੈ, ਅਤੇ ਮੁੜ ਕੇ ਮੁਨਸ਼ੀ ਸਾਹਿਬ ਦੇ ਸਾਹਮਣੇ ਵੀ ਫਿਰ ਫੋਨ ਆਇਆ ਉਹਨਾਂ ਦਾ, ਅਤੇ ਇਹਨਾਂ ਨੇ ਰਿਕਾਰਡਿੰਗ ਕੀਤੀ ਹੈ। ਅਤੇ ਫਿਰ ਸਵੇਰੇ ਆਣ ਕੇ ਜਦੋਂ 9:30 ਦੁਕਾਨ ਖੋਲ੍ਹਣ ਲੱਗੇ ਅਤੇ ਗੋਲੀਆਂ ਦੇ ਨਿਸ਼ਾਨ ਤੇਰਨ ਲੱਗੇ ਪਏ। ਕਿਹਦਾ ਫੋਨ ਆਇਆ ਭਾਅ ਜੀ? ਉਹਨਾਂ ਦਾ ਕੋਈ ਨਵਾਂ ਸੱਤੇ ਕਹਿੰਦਾ, ਛੱਤਾਂ ਮੰਡੇਹਰੇ ਤੋਂ ਬੋਲਣ ਡਿਆ, ਅਤੇ ਲੰਡਾ ਮੇਰਾ ਭਰਾ ਵਾ। ਕਿੰਨੀ ਮੰਗ ਕੀਤੀ ਫਿਰੌਤੀ ਦੀ? ਫਿਰੌਤੀ 50 ਲੱਖ ਰੁਪਈਆ ਕਹਿੰਦਾ ਦੇ। ਹੋਰ ਕੀ ਕਹਿੰਦਾ? ਨਾਲ ਧਮਕੀ ਦਿੱਤੀ, ਧਮਕੀ ਗਾਲਾਂ ਗੂਲਾਂ ਕੱਢਦਾ ਰਿਹਾ, ਬਹੁਤ ਗੰਦੀਆਂ ਮੰਦੀਆਂ ਗਾਲਾਂ ਕੱਢਦਾ ਰਿਹਾ। ਕੋਈ ਨੁਕਸਾਨ ਤਾਂ ਨਹੀਂ? ਦੁਕਾਨ ਦਾ ਨੁਕਸਾਨ ਉਹ ਸ਼ੀਸ਼ੇ ਦਾ ਹੋਇਆ ਵਾ, ਜਿਹੜਾ ਹੋਇਆ ਟੁੱਟ ਭੱਜੀ ਹੋਈ ਹੈ, ਹੋਰ ਕੋਈ ਨੁਕਸਾਨ ਨਹੀਂ ਹੈ। ਅਤੇ ਲਗਾਤਾਰ ਵਪਾਰੀਆਂ ਨੂੰ ਰੋਜ਼ ਮਹੀਨੇ 'ਚ ਤੱਕ 5-7 ਇਹੋ ਕੰਮ ਹੋ ਗਏ ਆ, ਅਤੇ ਕੋਈ ਸੁਣਵਾਈ 'ਤੇ ਕੋਈ ਸਾਥ ਦਿੱਤਾ ਜਾਵੇ ਨਾਲ ਸਾਡਾ, ਇਹਨਾਂ ਦੀ ਭਾਲ ਕੀਤੀ ਜਾਵੇ, ਇਹਨਾਂ ਨੂੰ ਅੰਦਰ ਡੱਕਿਆ ਜਾਵੇ। ਸਿਟੀ ਤਰਨ ਤਾਰਨ ਦੇ ਏਰੀਏ ਦੇ ਵਿੱਚ ਅੱਜ ਇੱਕ ਸੁਨਿਆਰੇ ਦੀ ਦੁਕਾਨ ਦੇ ਉੱਤੇ ਰਾਤ ਨੂੰ ਗੋਲੀਆਂ ਚਲਾਈਆਂ ਗਈਆਂ ਸੀਗੀਆਂ। ਉਹ ਇਸ ਸੇਵਲ 'ਚ ਸੀਗੀਆਂ ਕਿ ਉਹਨੂੰ ਇੱਕ ਫਿਰੌਤੀ ਦੀ ਕਾਲ ਆਈ ਸੀਗੀ, ਜਿਸ ਦੇ ਚੱਲਦੇ ਹੋਏ ਉਹਦੀ ਦੁਕਾਨ ਦੇ ਬਾਹਰ ਗੋਲੀਆਂ ਚੱਲੀਆਂ। ਗੋਲੀ ਚਲਾਉਣ ਤੋਂ ਬਾਅਦ ਪੁਲਿਸ ਨੇ ਐਕਸ਼ਨ ਲਿਆ ਔਰ ਇਸ ਸੰਬੰਧ ਵਿੱਚ FIR ਦਰਜ ਕਰ ਦਿੱਤੀ ਗਈ ਹੈ ਔਰ ਜਿਹੜੇ ਦੋਸ਼ੀ ਨੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ। ਹਾਂਜੀ ਜੀ, CCTV ਫੁਟੇਜ ਖੰਗਾਲੀਆਂ ਜਾ ਰਹੀਆਂ, ਸਭ ਪੁਲਿਸ ਪਾਰਟੀਆਂ ਬਣਾਈਆਂ ਨੇ, ਇੱਕ ਦੋ ਜਗ੍ਹਾ ਦੇ ਠਿਕਾਣਿਆਂ 'ਤੇ ਰੇਡ ਵੀ ਕੀਤੀ ਗਈ ਹੈ। 50 ਲੱਖ ਦੀ ਫਿਰੌਤੀ ਨਾ ਦੇਣ 'ਤੇ ਮਾਰੀਆਂ ਦੁਕਾਨ 'ਚ ਗੋਲੀਆਂ। ਵੇਖੋ ਕਿਵੇਂ ਗੋਲੀਆਂ ਨਾਲ ਛੰਨੀ ਕੀਤੀ ਸੁਨਿਆਰ ਦੀ ਦੁਕਾਨ। ਤਾਂ ਦੱਸ ਦੇ ਕਿ ਇੱਕ ਸੁਨਿਆਰ ਨੂੰ 50 ਲੱਖ ਦੀ ਫਿਰੌਤੀ ਦੇ ਲਈ ਫੋਨ 'ਤੇ ਕਾਲ ਆਉਂਦੀ ਹੈ, ਜਿਸ ਤੋਂ ਬਾਅਦ ਇਹ ਸੁਨਿਆਰ ਉਹਨਾਂ ਨੂੰ ਇਹ ਫਿਰੌਤੀ ਦੇਣ ਤੋਂ ਮਨ੍ਹਾ ਕਰ ਦਿੰਦਾ। ਤਾਂ ਫਿਰ ਦੋ ਬਾਈਕ ਸਵਾਰ ਆਉਂਦੇ ਨੇ ਅਤੇ ਉਹਨਾਂ ਦੀ ਦੁਕਾਨ 'ਤੇ ਤਾੜ ਤਾੜ ਗੋਲੀਆਂ ਚਲਾਉਂਦੇ ਨੇ ਅਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਇਹ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿੱਥੇ ਤੁਸੀਂ ਗੋਲੀਆਂ ਦੇ ਨਿਸ਼ਾਨ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਤਾਂ ਸ਼ਟਰ 'ਤੇ ਗੋਲੀਆਂ ਵੱਜੀਆਂ ਸੀ, ਜਿਸ ਕਾਰਨ ਇਹ ਅੰਦਰ ਸ਼ੀਸ਼ੇ 'ਤੇ ਜਾ ਵੱਜਦੀਆਂ ਨੇ, ਜਿਸ ਕਾਰਨ ਸ਼ੀਸ਼ਾ ਵੀ ਚੱਕਣਾ ਚੂਰ ਹੋ ਜਾਂਦਾ। ਤਾਂ ਇਸ ਸੰਬੰਧੀ ਇੱਕ CCTV ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਦੋਨੋਂ ਹਮਲਾਵਰ ਗੋਲੀਆਂ ਚਲਾਉਂਦੇ ਹੋਏ ਕੈਦ ਹੋਏ ਨੇ। ਤਾਂ ਇਹਨਾਂ ਦੇ ਵੱਲੋਂ 50 ਲੱਖ ਦੀ ਫਿਰੌਤੀ ਮੰਗੀ ਗਈ ਸੀ। ਤਾਂ ਨਾਮੀ ਗੈਂਗਸਟਰ ਦਾ ਨਾਮ ਵੀ ਲਿਆ ਗਿਆ ਕਿ ਅਸੀਂ ਉਹਨਾਂ ਦੇ ਕਰੀਬੀ ਹਾਂ, ਜੇਕਰ ਨਹੀਂ ਦਿੱਤੀ ਤਾਂ ਜਾਨੋਂ ਮਾਰ ਦੇਵਾਂਗੇ। ਅਤੇ ਜਿਸ ਤੋਂ ਬਾਅਦ ਸੁਨਿਆਰ ਨੇ ਇਹਨਾਂ ਨੂੰ ਫਿਰੌਤੀ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ। ਤਾਂ ਇਹ ਰਾਤ ਸਮੇਂ ਆਉਂਦੇ ਨੇ ਅਤੇ ਇਹਨਾਂ ਦੀ
ਦੁਕਾਨ ਤੇ ਗੋਲੀਆਂ ਚਲਾਉਂਦੇ ਨੇ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਜਿਸ ਤੋਂ ਬਾਅਦ ਸੁਨਿਆਰ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੰਦਾ ਤੇ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਤੇ ਜਾਂਚ ਕਰ ਰਹੀ ਹੈ। ਦੱਸ ਦਈਏ ਕਿ ਪੂਰਾ ਮਾਮਲਾ ਤਰਨ ਤਾਰਨ ਤੋਂ ਸਾਹਮਣੇ ਆਇਆ ਜਿੱਥੇ ਇਹ ਗੋਲੀਆਂ ਚੱਲਣ ਦੀ ਵਾਰਦਾਤ ਹੋਈ ਹੈ। ਤਾਂ ਲਗਾਤਾਰ ਲੁੱਟਾਂ ਖੋਹਾਂ ਵੱਧਦੀਆਂ ਜਾ ਰਹੀਆਂ ਨੇ ਤਾਂ ਇਸ ਸੰਬੰਧੀ ਇੱਕ ਸੁਨਿਆਰ ਤੋਂ ਫਿਰੌਤੀ ਮੰਗੀ ਗਈ ਸੀ, ਜਿਸ ਤੋਂ ਬਾਅਦ ਉਹਨੇ ਮਨਾ ਕਰਤਾ ਤਾਂ ਫਿਰ ਉਸਦੀ ਦੁਕਾਨ ਤੇ ਆ ਕੇ ਇਹਨਾਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਸ ਦੀ ਇੱਕ CCTV ਵੀਡੀਓ ਵੀ ਸਾਹਮਣੇ ਆਈ ਹੈ। ਤਾਂ ਪੁਲਿਸ ਹੁਣ ਇਸ CCTV ਦੇ ਆਧਾਰ ਤੇ ਇਹਨਾਂ ਹਮਲਾਵਰਾਂ ਦੀ ਭਾਲ ਕਰ ਰਹੀ ਹੈ। ਕੱਲ ਤੁਹਾਨੂੰ ਫੋਨ ਆਇਆ 1:30 ਵਜੇ ਨਾ ਤੇ ਮੁੜ ਕੇ ਅਸੀਂ ਇੱਥੇ ਦਰਖਾਸਤ ਲਗਾ ਦਿੱਤੀ ਹੈ ਤੇ ਮੁੜ ਕੇ ਮੁਨਸ਼ੀ ਸਾਹਿਬ ਦੇ ਸਾਹਮਣੇ ਵੀ ਫਿਰ ਫੋਨ ਆਇਆ ਉਹਨਾਂ ਦਾ ਤੇ ਇਹਨਾਂ ਨੇ ਰਿਕਾਰਡਿੰਗ ਕੀਤੀ ਹੈ ਤੇ ਫਿਰ ਸਵੇਰੇ ਆਣ ਕੇ ਜਦੋਂ 9:30 ਦੁਕਾਨ ਖੋਲ੍ਹਣ ਲੱਗੇ ਤੇ ਗੋਲੀਆਂ ਦੇ ਨਿਸ਼ਾਨ ਤੇਰਨ ਲੱਗੇ ਪਏ। ਕਿਹਦਾ ਫੋਨ ਆਇਆ ਉਹਨਾਂ ਦਾ? ਕੋਈ ਨਵਾਂ ਸੱਤੇ ਕਹਿੰਦਾ ਛੱਤਾਂ ਮੰਡੇਰੇ ਤੋਂ ਬੋਲਣ ਡਿਆ ਤੇ ਲੰਡਾ ਮੇਰਾ ਭਰਾ ਵਾ। ਕਿੰਨੀ ਮੰਗ ਕੀਤੀ ਫਿਰੌਤੀ ਦੀ? ਫਿਰੌਤੀ 50 ਲੱਖ ਰੁਪਇਆ ਕਹਿੰਦਾ ਦੇ। ਹੋਰ ਕੀ ਕਹਿਣਾ? ਨਾਲ ਧਮਕੀ ਦਿੱਤੀ ਕੋਈ? ਧਮਕੀ ਗਾਲਾਂ ਗੂਲਾਂ ਕੱਢਦਾ ਰਿਹਾ, ਬਹੁਤ ਗੰਦੀਆਂ ਮੰਦੀਆਂ ਗਾਲਾਂ ਕੱਢਦਾ ਰਿਹਾ। ਦੁਕਾਨ ਦਾ ਨੁਕਸਾਨ ਉਹ ਸ਼ੀਸ਼ੇ ਦਾ ਹੋਇਆ ਵਾ ਜਿਹੜਾ ਹੋਇਆ, ਟੁੱਟ ਭੱਜੀ ਹੋਈ ਆ, ਹੋਰ ਕੋਈ ਨੁਕਸਾਨ ਨਹੀਂ ਹੋਇਆ। ਲਗਾਤਾਰ ਵਪਾਰੀਆਂ ਨੂੰ ਰੋਜ਼ ਮਹੀਨੇ 'ਚ ਤੱਕ 5-7 ਇਹੋ ਕੰਮ ਹੋ ਗਏ ਆ ਅਤੇ ਕੋਈ ਸੁਣਵਾਈ ਤੇ ਕੋਈ ਸਾਥ ਦਿੱਤਾ ਜਾਵੇ ਨਾਲ ਸਾਡਾ, ਇਹਨਾਂ ਦੀ ਭਾਲ ਕੀਤੀ ਜਾਵੇ, ਇਹਨਾਂ ਨੂੰ ਅੰਦਰ ਡੱਕਿਆ ਜਾਵੇ। ਸਿਟੀ ਤਰਨ ਤਾਰਨ ਦੇ ਏਰੀਏ ਦੇ ਵਿੱਚ ਅੱਜ ਇੱਕ ਸੁਨਿਆਰੇ ਦੀ ਦੁਕਾਨ ਦੇ ਉੱਤੇ ਰਾਤ ਨੂੰ ਗੋਲੀਆਂ ਚਲਾਈਆਂ ਗਈਆਂ ਸੀਗੀਆਂ। ਉਹ ਇਸ ਵਿੱਚ ਸੀਗੀਆਂ ਕਿ ਉਹਨੂੰ ਇੱਕ ਫਿਰੌਤੀ ਦੀ ਕਾਲ ਆਈ ਸੀਗੀ ਜਿਸ ਦੇ ਚੱਲਦੇ ਹੋਏ ਉਹਦੀ ਦੁਕਾਨ ਦੇ ਬਾਹਰ ਗੋਲੀਆਂ ਚੱਲੀਆਂ। ਗੋਲੀ ਚਲਾਉਣ ਤੋਂ ਬਾਅਦ ਪੁਲਿਸ ਨੇ ਐਕਸ਼ਨ ਲਿਆ ਔਰ ਇਸ ਸੰਬੰਧ ਵਿੱਚ FIR ਦਰਜ ਕਰ ਦਿੱਤੀ ਗਈ ਹੈ ਔਰ ਜਿਹੜੇ ਦੋਸ਼ੀ ਨੇ ਉਹਨਾਂ ਦੀ ਭਾਲ ਕੀਤੀ ਜਾ ਰਹੀ। ਹਾਂਜੀ ਜੀ, CCTV ਫੁਟੇਜ ਖੰਗਾਲੀਆਂ ਜਾ ਰਹੀਆਂ, ਪੁਲਿਸ ਪਾਰਟੀਆਂ ਬਣਾਈਆਂ ਨੇ, ਇੱਕ ਦੋ ਜਗ੍ਹਾ ਦੇ ਠਿਕਾਣਿਆਂ 'ਤੇ ਰੇਡ ਵੀ ਕੀਤੀ ਗਈ ਹੈ।